ਅਸੀਂ ਚਨੇ ਦੀ ਚਾਟ ਬਣਾ ਲਈ ਜਿਹੜਾ ਮਸਾਲਾ ਬਣਾ ਕੇ ਤਿਆਰ ਕਰਾਂਗੇ। ਮਸਾਲੇ ਵਾਸਤੇ ਸਭ ਤੋਂ ਪਹਿਲਾਂ ਅਸੀਂ ਲਵਾਂਗੇ 1 ਚਮਚ ਜਿਹੜਾ ਅਸੀਂ ਜੀਰਾ ਪਾਊਡਰ ਲਿਆ ਵਾ, 1 ਚਮਚ ਦਾ 1/4 ਹਿੱਸਾ ਲਾਲ ਮਿਰਚ ਪਾਊਡਰ ਲਿਆ, ਤਿੱਖੀ ਵਾਲੀ ਮਿਰਚ ਹੈ, 1/2 ਚਮਚ ਜਿਹੜੀ ਕਸ਼ਮੀਰੀ ਲਾਲ ਮਿਰਚ ਲਈ ਹੈ ਕਲਰ ਵਾਸਤੇ, 1/2 ਚਮਚ ਅਸੀਂ ਗਰਮ ਮਸਾਲਾ ਐਡ ਕਰਾਂਗੇ, 1/4 ਚਮਚ ਦਾ 1/4 ਹਿੱਸਾ ਅਸੀਂ ਹਲਦੀ ਪਾਊਡਰ ਐਡ ਕੀਤਾ ਵਾ, 1/4 ਚਮਚ ਜਿਹੜਾ ਵਾ ਥੋੜਾ ਥੋੜਾ ਪਾਣੀ ਪਾ ਕੇ ਇੱਕ ਘੋਲ ਤਿਆਰ ਕਰ ਲਾਂਗੇ ਇਸ ਤਰ੍ਹਾਂ ਮਸਾਲਾ ਘੋਲ ਕੇ ਪਾਉਣ ਦੇ ਨਾਲ ਜਿਹੜੀ ਸਾਡੇ ਚਨਾ ਚਾਟ ਹੈ ਇਹਦੇ ਉੱਪਰ ਮਸਾਲੇ ਦੀ ਕੋਟਿੰਗ ਹੋ ਜਾਂਦੀ ਹੈ ਅਤੇ ਪੇਸਟ ਵਾਂਗੂ ਇਹ ਬਣ ਕੇ ਮਸਾਲਾ ਜਿਹੜਾ ਤ
ਹੁਣ ਦੇਖੋ ਅਸੀਂ ਚਨੇ ਭਿਉ ਕੇ ਰੱਖੇ ਸੀ ਰਾਤ ਭਰ ਭਿਉ ਕੇ ਰੱਖੇ ਚਨੇ ਚਨੇ ਅਸੀਂ ਇੱਕ ਕਟੋਰੀ ਲਏ ਆ ਵੇਟ ਵਿੱਚ 250 ਗ੍ਰਾਮ ਚਨੇ ਸੀ ਅਤੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਅਸੀਂ ਪਹਿਲਾਂ ਧੋ ਕੇ ਅਤੇ ਰਾਤ ਭਰ ਭਿਉ ਕੇ ਰੱਖਿਆ ਵਾ ਅਤੇ ਹੁਣ ਅਸੀਂ ਇਹਨਾਂ ਨੂੰ ਬੋਇਲ ਕਰਾਂਗੇ ਹੁਣ ਦੇਖੋ ਅਸੀਂ ਚਨੇ ਨੂੰ ਉਬਾਲਣ ਦੇ ਲਈ ਇੱਕ ਪ੍ਰੈਸ਼ਰ ਕੁੱਕਰ ਲਿਆ ਅਤੇ ਇਹਦੇ ਵਿੱਚ ਅਸੀਂ ਜਿਹੜੇ ਚਨੇ ਉਹ ਸਾਰੇ ਪਾ ਦਿੱਤੇ ਅਤੇ ਹੁਣ ਅਸੀਂ ਇਹਦੇ ਵਿੱਚ ਪਾਣੀ ਐਡ ਕਰਾਂਗੇ ਕਿਉਂਕਿ ਪਾਣੀ ਅਸੀਂ ਖੁੱਲ੍ਹਾ ਹੀ ਪਾਵਾਂਗੇ ਕਿਉਂਕਿ ਚਨਿਆਂ ਨੂੰ ਅਸੀਂ ਬੋਇਲ ਕਰਨਾ ਵਾ ਅਤੇ ਚਾਟ ਬਣਾਉਣ ਦੇ ਲਈ ਅਸੀਂ ਜਿਹੜਾ ਵਾ ਚਨਿਆਂ ਨੂੰ ਚੰਗੀ ਤਰ੍ਹਾਂ ਸੌਫਟ ਕਰਨਾ ਵਾ ਅਤੇ ਨੋਰਮਲ ਨਾਲੋਂ ਅਸੀਂ ਜ਼ਿਆਦਾ ਹੀ ਇਹਨਾਂ ਨੂੰ ਸੀਟੀਆਂ ਦਵਾਵਾਂਗੇ ਅਤੇ ਹੁਣ ਅਸੀਂ ਇਹਦੇ ਥੋੜ੍ਹਾ ਚਨਿਆਂ ਨੂੰ ਵਧੀਆ ਟੇਸਟ ਲਿਆਉਣ ਲਈ ਇਸ ਵਿੱਚ ਇੱਕ ਤੇਜ਼ ਪੱਤਾ ਪਾ ਰਹੇ ਹਾਂ ਅਤੇ ਇੱਕ ਮੋਟੀ ਇਲਾਇਚੀ ਪਾ ਰਹੇ ਹਾਂ ਇਹਦੇ ਨਾਲ ਟੇਸਟ ਬਹੁਤ ਵਧੀਆ ਹੁੰਦਾ ਵਾ ਥੋੜ੍ਹਾ ਜਿਹਾ ਅਸੀਂ ਨਮਕ ਐਡ ਕਰ ਦੇਵਾਂਗੇ ਅਤੇ ਹੁਣ ਅਸੀਂ ਚਨਿਆਂ ਨੂੰ ਉਦੋਂ ਤੱਕ ਬੋਇਲ ਕਰਨਾ ਵਾ ਜਦੋਂ ਤੱਕ ਸਾਡੇ ਚਨੇ ਜਿਹੜੇ ਚੰਗੀ ਤਰ੍ਹਾਂ ਸੌਫਟ ਨਹੀਂ ਹੋ ਜਾਂਦੇ ਆਪਣੇ ਆਪ ਜਿਹੜੇ ਹੱਥ ਦੇ ਨਾਲ ਜਿਹੜੇ ਚੰਗੀ ਤਰ੍ਹਾਂ ਮੈਸ਼ ਨਹੀਂ ਹੋ ਜਾਂਦੇ ਦੇਖੋ ਚਨੇ ਸਾਡੇ ਜਿਹੜੇ ਲਗਾਤਾਰ 6-7 ਸੀਟੀਆਂ ਆਉਣ ਤੋਂ ਬਾਅਦ ਜਿਹੜੇ ਸਾਡੇ ਚਨੇ ਆ ਬਿਲਕੁਲ ਬੋਇਲ ਹੋ ਚੁੱਕੇ ਆ ਬੜੇ ਆਸਾਨੀ ਦੇ ਨਾਲ ਜਿਹੜੇ ਮੈਸ਼ ਹੋ ਰਹੇ ਆ ਹੁਣ ਅਸੀਂ ਚਨਾ ਚਾਟ ਨੂੰ ਤੜਕਾ ਲਗਾਉਣ ਦੇ ਲਈ ਇੱਕ ਕੜਾਹੀ ਵਿੱਚ ਜਿਹੜਾ 2 ਚਮਚ ਜਿਹੜਾ ਸਰਸੋਂ ਦਾ ਤੇਲ ਲਿਆ ਵਾ ਅਤੇ ਓਇਲ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਹਾਫ ਚਮਚ ਜਿਹੜਾ ਅਸੀਂ ਸਾਬਤ ਜੀਰਾ ਐਡ ਕਰਾਂਗੇ ਇੱਕ ਪਿੰਨ ਜਿਹੜੀ ਅਸੀਂ ਹਿੰਗ ਐਡ ਕਰਾਂਗੇ ਇੱਕ ਚਮਚ ਜਿਹੜਾ ਅਸੀਂ ਅਦਰਕ ਗ੍ਰੇਟ ਕਰਕੇ ਲਿਆ ਅਸੀਂ ਉਹਦੇ ਵਿੱਚ ਪਾ ਦੇਵਾਂਗੇ ਅਤੇ ਹੁਣ ਜਿਹੜਾ ਅਸੀਂ ਮਸਾਲਾ ਘੋਲ ਕੇ ਤਿਆਰ ਕੀਤਾ ਸੀ ਇਹਦੇ ਵਿੱਚ ਅਸੀਂ ਧਨੀਆ ਪਾਊਡਰ ਜਿਹੜਾ ਐਡ ਕਰਾਂਗੇ 2 ਚਮਚ ਜਿਹੜਾ ਅਸੀਂ ਧਨੀਆ ਪਾਊਡਰ ਐਡ ਕਰ ਰਹੇ ਹਾਂ ਅਤੇ ਅਸੀਂ ਇਸ ਨੂੰ ਮਿਕਸ ਕਰ ਦੇਵਾਂਗੇ ਚੰਗੀ ਤਰ੍ਹਾਂ ਅਤੇ ਇਹ ਮਸਾਲਾ ਜਿਹੜਾ ਹੁਣ ਅਸੀਂ ਇਹਦੇ ਵਿੱਚ ਦੇਖੋ ਪੇਸਟ ਵਾਂਗੂ ਬਣ ਕੇ ਤਿਆਰ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਐਡ ਕਰ ਦੇਵਾਂਗੇ ਦੇਖੋ ਜਿਹੜਾ ਓਇਲ ਜਿਹੜਾ ਸਾਡਾ ਮਸਾਲੇ ਦਾ ਬਿਲਕੁਲ ਅਲੱਗ ਹੋ ਚੁੱਕਾ ਵਾ ਅਤੇ ਹੁਣ ਅਸੀਂ ਇਸ ਸਟੇਜ ਦੇ ਉੱਪਰ ਜਿਹੜਾ ਵਾ ਹਾਫ ਚਮਚ ਜਿਹੜੀ ਅਸੀਂ ਅਜਵਾਇਣ ਪਾਵਾਂਗੇ ਅਜਵਾਇਣ ਅਤੇ ਜਿਹੜੀ ਹਿੰਗ ਹੈ ਇਹ ਪੇਟ ਦੇ ਡਾਈਜੈਸ਼ਨ ਵਾਸਤੇ ਬਹੁਤ ਵਧੀਆ ਹੁੰਦੀ ਹੈ ਕਾਲੇ ਚਨੇ ਜਿਹੜੇ ਆ ਥੋੜ੍ਹੇ ਹੈਵੀ ਹੁੰਦੇ ਇਸ ਲਈ ਡਾਈਜੈਸਟ ਕਰਨ ਵਾਸਤੇ ਬਹੁਤ ਵਧੀਆ ਹੁੰਦੇ ਦੋਨੇ ਚੀਜ਼ਾਂ ਹਿੰਗ ਅਤੇ ਅਜਵਾਇਣ ਜ਼ਰੂਰ ਪਾਉਣਾ ਤੁਸੀਂ ਬਹੁਤ ਟੇਸਟੀ ਚਾਟ ਬਣ ਕੇ ਤਿਆਰ ਹੁੰਦੀ ਇਸ ਤਰ੍ਹਾਂ ਅਤੇ ਹੁਣ ਅਸੀਂ ਜਿਹੜੇ ਚਨੇ ਸੀ
ਕਾਲੇ ਛੋਲੇ, ਉਹ ਅਸੀਂ ਐਡ ਕਰ ਦਾਂਗੇ। ਅਤੇ ਮੈਂ ਇਹਨਾਂ ਨੂੰ ਪਾਣੀ ਵਿੱਚੋਂ ਕੱਢਿਆ ਨਹੀਂ ਸੀ, ਕਿਉਂਕਿ ਜਦੋਂ ਅਸੀਂ ਪਾਣੀ ਵਿੱਚੋਂ ਇਹਨਾਂ ਨੂੰ ਬਾਹਰ ਕੱਢ ਲੈਂਦੇ ਤਾਂ ਇਹ ਹਵਾ ਦੇ ਨਾਲ ਜਿਹੜੇ ਆ ਡਰਾਈ ਹੋ ਜਾਂਦੇ ਬਹੁਤ ਜਲਦੀ, ਅਤੇ ਫਿਰ ਹਾਰਡ ਹੋ ਜਾਂਦੇ ਆ। ਇਸ ਲਈ ਇਹਨਾਂ ਨੂੰ ਪਾਣੀ ਦੇ ਵਿੱਚ ਹੀ ਤੁਸੀਂ ਰਹਿਣਾ। ਅਤੇ ਹੁਣ ਜਿਹੜੇ ਪਾਣੀ ਵਿੱਚ ਅਸੀਂ ਇਹਨਾਂ ਨੂੰ ਬੋਇਲ ਕੀਤਾ ਸੀ, ਉਹ ਪਾਣੀ ਅਸੀਂ ਨਾਲ ਹੀ ਇਹਦੇ ਵਿੱਚ ਐਡ ਕਰ ਦੇਵਾਂਗੇ। ਇੱਥੇ ਅਸੀਂ ਕਸੂਰੀ ਮੇਥੀ ਲਈ ਹੈ ਇੱਕ ਚਮਚ, ਕ੍ਰਸ਼ ਕਰਕੇ ਉਹ ਵੀ ਅਸੀਂ ਐਡ ਕਰ ਦੇਵਾਂਗੇ। ਅਤੇ ਹੁਣ ਅਸੀਂ ਕਾਲੇ ਚਨਿਆਂ ਨੂੰ ਅਸੀਂ ਜਿਹੜਾ ਵਾ 3 ਤੋਂ 4 ਮਿੰਟ ਜਿਹੜਾ ਢੱਕ ਕੇ ਪਕਾਵਾਂਗੇ, ਤਾਂ ਕਿ ਜਿਹੜੀ ਮਸਾਲੇ ਦੀ ਕੋਟਿੰਗ ਹੋ ਜਾਵੇ ਅਤੇ ਜਿਹੜਾ ਵਿੱਚ ਪਾਣੀ ਹੈ ਉਹ ਸਾਰਾ ਚਨੇ ਜਿਹੜੇ ਅਬਜ਼ੋਰਬ ਕਰ ਲੈਣ, ਅਤੇ ਚਨੇ ਸਾਡੇ ਚਾਟ ਜਿਹੜੀ ਬਣ ਕੇ ਬਹੁਤ ਵਧੀਆ ਤਿਆਰ ਹੋਏਗੀ। ਅਤੇ ਹੁਣ ਅਸੀਂ ਇਹਨਾਂ ਨੂੰ 3 ਤੋਂ 4 ਮਿੰਟ ਜਿਹੜਾ ਢੱਕ ਕੇ ਪਕਾ ਲਵਾਂਗੇ। ਦੇਖੋ 3 ਤੋਂ 4 ਮਿੰਟ ਅਸੀਂ ਜਿਹੜਾ ਚਨਿਆਂ ਨੂੰ ਚੰਗੀ ਤਰ੍ਹਾਂ ਪਕਾ ਲਿਆ ਵਾ, ਅਤੇ ਦੇਖੋ ਹੁਣ ਜਿਹੜਾ ਪਾਣੀ ਸਾਰਾ ਚਨਿਆਂ ਨੇ ਅਬਜ਼ੋਰਬ ਕਰ ਲਿਆ, ਅਤੇ ਮਸਾਲੇ ਦੀ ਜਿਹੜੀ ਕੋਟਿੰਗ ਆ ਬਿਲਕੁਲ ਚਨਿਆਂ ਦੇ ਉੱਪਰ ਹੋ ਚੁੱਕੀ ਹੈ। ਅਤੇ ਹੁਣ ਅਸੀਂ ਗੈਸ ਦੀ ਫਲੇਮ ਕਰ ਦਾਂਗੇ ਬਿਲਕੁਲ ਬੰਦ। ਅਤੇ ਥੋੜ੍ਹਾ ਜਿਹਾ ਅਸੀਂ ਚਨਿਆਂ ਨੂੰ ਠੰਡਾ ਕਰਨ ਤੋਂ ਬਾਅਦ ਅਸੀਂ ਜਿਹੜੇ ਇਹਦੇ 'ਚ ਬਾਕੀ ਸਬਜ਼ੀਆਂ ਜਿਹੜੀਆਂ ਐਡ ਕਰਕੇ ਅਤੇ ਚਾਟ ਤਿਆਰ ਕਰਾਂਗੇ। ਦੇਖੋ ਹੁਣ ਸਾਡੇ ਚਨੇ ਜਿਹੜੇ ਆ ਬਿਲਕੁਲ ਨੋਰਮਲ ਅਤੇ ਠੰਡੇ ਹੋ ਚੁੱਕੇ ਆ। ਅਤੇ ਹੁਣ ਅਸੀਂ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਇੱਕ ਖੀਰਾ ਲਿਆ ਜਿਸਨੂੰ ਅਸੀਂ ਪੀਸਿਸ ਵਿੱਚ ਕੱਟ ਲਿਆ, ਬਿਲਕੁਲ ਛੋਟੇ ਪੀਸ ਨਹੀਂ ਕਰਨੇ, ਮੀਡੀਅਮ ਜਿਹੇ ਪੀਸ ਕਰਕੇ ਅਸੀਂ ਇਹਨਾਂ ਨੂੰ ਕੱਟ ਕੇ ਲੈਣਾ। 2 ਅਸੀਂ ਟਮਾਟਰ ਲਏ ਆ ਜਿਨ੍ਹਾਂ ਨੂੰ ਅਸੀਂ ਬਰੀਕ ਕੱਟ ਲਿਆ ਵਾ, ਬਰੀਕ ਮੀਡੀਅਮ ਸਾਈਜ਼ 'ਚ। ਅਤੇ ਨਾਲ ਹੀ ਹੁਣ ਅਸੀਂ ਇਹਦੇ 'ਚ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਜਿਸਨੂੰ ਅਸੀਂ ਪੀਸਿਸ ਵਿੱਚ ਕੱਟ ਲਿਆ ਸੀ, ਅਸੀਂ ਉਹ ਵੀ ਇਹਦੇ 'ਚ ਐਡ ਕਰ ਦਾਂਗੇ। ਇੱਕ ਹਰੀ ਮਿਰਚ ਲਈ ਹੈ ਜਿਸਨੂੰ ਅਸੀਂ ਬਰੀਕ ਕੱਟ ਲਿਆ ਵਾ। ਮਿਰਚ ਤੁਸੀਂ ਆਪਣੇ ਹਿਸਾਬ ਨਾਲ, ਜੇਕਰ ਤੁਸੀਂ ਜ਼ਿਆਦਾ ਸਪਾਈਸੀ ਖਾਣਾ ਚਾਹੁੰਦੇ ਤਾਂ ਤੁਸੀਂ ਜ਼ਿਆਦਾ ਐਡ ਕਰ ਸਕਦੇ ਜੀ। 2 ਮੀਡੀਅਮ ਸਾਈਜ਼ ਦੇ ਆਲੂ ਲਏ ਜਿਨ੍ਹਾਂ ਨੂੰ ਅਸੀਂ ਪੀਸਿਸ ਵਿੱਚ ਕੱਟ ਲਿਆ ਵਾ, ਇਹ ਵੀ ਅਸੀਂ ਬਹੁਤੇ ਛੋਟੇ ਪੀਸ ਨਹੀਂ ਕਰਨੇ, ਜਿਸ ਤਰ੍ਹਾਂ ਅਸੀਂ ਬਾਕੀ ਸਬਜ਼ੀਆਂ ਕੱਟ ਕੇ ਤਿਆਰ ਕੀਤੀਆਂ ਇਸੇ ਤਰ੍ਹਾਂ ਹੀ ਅਸੀਂ ਆਲੂਆਂ ਨੂੰ ਵੀ ਕੱਟ ਕੇ ਅਸੀਂ ਵਿੱਚ ਐਡ ਕਰ ਦਿੱਤਾ। ਵਨ ਐਂਡ ਹਾਫ ਜਿਹੜਾ ਅਸੀਂ ਚਾਟ ਮਸਾਲਾ ਐਡ ਕਰ ਰਹੇ ਹਾਂ, ਕਿਉਂਕਿ ਅਸੀਂ ਨਮਕ ਪਹਿਲਾਂ ਪਾ ਚੁੱਕੇ ਹਾਂ ਜਦੋਂ ਚਨੇ ਬੋਇਲ ਕੀਤੇ ਸੀ। ਚਮਚ ਦਾ 1/4 ਹਿੱਸਾ ਕਾਲੀ ਮਿਰਚ ਐਡ ਕਰਾਂਗੇ, ਜਿੰਨੇ ਤੁਸੀਂ ਸਪਾਈਸੀ ਖਾਣਾ ਚਾਹੁੰਦੇ ਉਹਦੇ ਹਿਸਾਬ ਨਾਲ ਤੁਸੀਂ ਐਡ ਕਰ ਸਕਦੇ ਜੇ। ਨਿੰਬੂ ਦਾ ਰਸ ਐਡ ਕਰ ਰਹੇ ਹਾਂ, ਜੇਕਰ ਤੁਹਾਡੇ ਕੋਲ ਨਿੰਬੂ ਦਾ ਰਸ ਨਹੀਂ ਹੈ ਤਾਂ ਤੁਸੀਂ ਇਹਦੀ ਜਗ੍ਹਾ 'ਤੇ ਆਮਚੂਰ ਪਾਊਡਰ ਵੀ ਜਿਹੜਾ ਐਡ ਕਰ ਸਕਦੇ ਜੇ। ਥੋੜ੍ਹਾ ਜਿਹਾ ਬਰੀਕ ਕੱਟਿਆ ਹਰਾ ਧਨੀਆ 'ਚ ਐਡ ਕਰਾਂਗੇ। ਅਤੇ ਹੁਣ ਅਸੀਂ ਸਾਰੀ ਚਨਾ ਚਾਟ ਨੂੰ ਮਿਕਸ ਕਰਾਂਗੇ, ਸਾਰੀਆਂ ਸਬਜ਼ੀਆਂ, ਚਨੇ ਨੂੰ, ਮਸਾਲਿਆਂ ਨੂੰ। ਲਓ ਜੀ, ਸਾਡੀ ਚਨਾ ਚਾਟ ਬਿਲਕੁਲ ਬਣ ਕੇ ਤਿਆਰ ਹੈ ਸਰਵ ਕਰਨ ਲਈ। ਬਹੁਤ ਹੀ ਟੇਸਟੀ, ਹੈਲਦੀ ਅਤੇ ਚਟਪਟੀ ਜਿਹੜੀ ਚਨਾ ਚਾਟ ਜਿਹੜੀ ਸਾਡੀ ਬਣ ਕੇ ਤਿਆਰ ਹੋਈ ਹੈ। ਤੁਸੀਂ ਇਸ ਤਰ੍ਹਾਂ ਇੱਕ ਵਾਰੀ ਮੇਰੇ ਦੱਸੇ ਤਰੀਕੇ ਨਾਲ ਚਨਾ ਚਾਟ ਬਣਾਓਗੇ ਤਾਂ ਤੁਸੀਂ ਵਾਰ ਵਾਰ ਇਹ ਚਨਾ ਚਾਟ ਤੁਸੀਂ ਬਣਾ ਕੇ ਖਾਓਗੇ। ਅਤੇ ਤੁਸੀਂ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਅਤੇ ਕਮੈਂਟ ਬੋਕਸ ਦੱਸਣਾ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ। ਜੇਕਰ ਰੈਸਪੀ ਪਸੰਦ ਆਈ ਤਾਂ ਵੱਧ ਤੋਂ ਲਾਈਕ ਸ਼ੇਅਰ ਜ਼ਰੂਰ ਕਰਨਾ, ਅਤੇ ਜੇਕਰ ਤੁਸੀਂ ਚੈਨਲ ਦੇ ਨਵੇਂ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਨਾਲ ਲੱਗਦੀ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਜਿਹੜੀ ਸਾਡੀ ਨਵੀਂ ਵੀਡੀਓ ਆਵੇ ਉਸਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਤਾਂ ਫਿਰ ਮਿਲਾਂਗੇ ਇਸ ਤਰ੍ਹਾਂ ਦੀ ਨਵੀਂ ਜੀ ਡਿਲੀਸ਼ੀਅਸ ਜੀ ਰੈਸਪੀ ਦੇ ਨਾਲ। ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।